ਤੂੰ ਕਿਹਾ ਉਹ ਡੰਗਰ ਉਹ ਸਾਰਾ ਪਾਣੀ ਚ ਲੈ ਭਾਈ ਆ ਰਹਿ ਗਿਆ ਇੱਕ ਘਈਆ। ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ, ਮੇਰਾ ਚੈਨਲ ਗੁਰਸਿੱਧੂ PV23 ਤੇ ਅੱਜ ਬਣਨ ਜਾ ਰਿਹਾ ਜੀ ਸਾਡਾ ਪਹਿਲਾ ਘੈਂਟ ਬਲੌਗ ਪੂਰਾ। ਅੱਜ ਤੁਸੀਂ ਜੁੜੇ ਰਹੋ ਗੁਰਸਿੱਧੂ PV23 ਚੈਨਲ ਦੇ ਨਾਲ, ਅੱਜ ਬਲੌਗ ਪੂਰਾ ਘੈਂਟ ਬਣੂਗਾ ਜੀ। ਤੇ ਪਰ ਮੈਂ ਤੁਹਾਨੂੰ ਹੁਣ ਦੱਸਣਾ ਕੁਛ ਨਹੀਂ ਮੈਂ ਕੀ ਕਰਨ ਜਾ ਰਿਹਾ, ਕੀ ਕਿੱਥੇ ਜਾ ਰਿਹਾ, ਬਸ ਤੁਸੀਂ ਅੱਜ ਆਪੇ ਦੇਖ ਲੈਣਾ। ਹਾਂ ਤੁਸੀਂ ਆਪੇ, ਤੁਹਾਨੂੰ ਆਪੇ ਪਤਾ ਲੱਗ ਜਾਣਾ। ਬਲੌਗ ਅੱਜ ਪੂਰਾ ਘੈਂਟ ਬਣੂਗਾ ਜੀ, ਘੈਂਟ ਆਉਂਦੀ ਕੋਈ ਗੱਲ। ਲਓ ਜੀ ਅਸੀਂ ਹੁਣ ਪੰਪ 'ਤੇ ਗਏ ਸੀਗੇ, ਪੰਪ 'ਤੇ ਤੇਲ ਤਾਂ ਲੱਗ ਗਏ ਜੀ ਪਾਉਣ, ਪਰ ਤੇਲ ਉਹ ਪਾਉਂਦੇ ਨੇ 500-500 ਦਾ, 500 ਦਾ ਕਾਰ 'ਚ ਅਤੇ 100 ਰੁਪਈਏ ਦਾ ਮੋਟਰਸਾਈਕਲ ਜਾਂ ਸਕੂਟਰੀਆਂ ਵਾਲਿਆਂ ਨੂੰ 100 ਰੁਪਈਏ ਦਾ। ਮੈਂ ਹੁਣ ਕਹਿੰਦੇ ਵੀ ਸ਼ਾਮ ਤੱਕ ਬਾਈ ਰੁਕਣਾ ਪਊਗਾ ਕਿਉਂਕਿ ਗੱਡੀਆਂ ਤੁਰੀਆਂ ਹੋਈਆਂ ਨੇ ਹਲੇ ਪਰ ਪਹੁੰਚੀਆਂ ਨਹੀਂ। ਜੇ ਕਿਤੇ ਅੱਜ ਵੀ ਹੜਤਾਲ ਜਾਰੀ ਰਹਿੰਦੀ ਫਿਰ ਅੱਜ ਬਹੁਤ ਬੁਰਾ ਹਾਲ ਹੋ ਜਾਣਾ ਤਾ, ਹੈ ਨਾ। ਅੱਜ ਤਾਂ ਫਿਰ ਇੰਨਾ ਸ਼ੁਕਰ ਰਾਤ ਹੀ ਖੁੱਲ੍ਹ ਗਈ। ਲੋਕ ਕਈ ਤਾਂ ਵਿਚਾਰੇ ਹੁਣ ਜਿਹੜੇ ਗੱਡੀਆਂ ਵਾਲੇ ਨੇ, ਟਰੱਕਾਂ ਵਾਲੇ ਨੇ, ਹੁਣ ਜਿਹੜਾ ਜਿੱਥੇ ਖੜ ਗਿਆ ਖੜ ਗਿਆ, ਉਹ ਤਾਂ ਬਹੁਤ ਔਖਾ ਹੁੰਦਾ ਵਾ। ਕਈਆਂ ਕੋਲ ਵਿਚਾਰਿਆਂ ਕੋਲ ਤੇਲ ਕੱਲ੍ਹ ਹੋਣਾ ਹੀ ਨਹੀਂ, ਐਵੇਂ ਹੀ ਜਾਂ ਨੋਟਬੰਦੀ ਹੋਈ ਹੈ। ਮੈਂ ਤੁਹਾਨੂੰ ਆਪਣੀ ਹੱਡ ਬੀਤੀ ਦੱਸਦਾ ਰਹਾਂ ਜਾਂ ਮੈਂ ਪਤਾ ਮੈਂ ਕਿੱਥੇ ਤਾਂ ਮੈਂ ਹੈਗਾ ਤਾਂ ਲਖਨਊ, ਲਖਨਊ ਨਾ ਮੈਂ ਟੂਲ ਟੈਕਸ 'ਤੇ ਲੈਣ ਲੱਗੀ ਵੀ ਜੀ ਰਾਤ ਨੂੰ 12 ਵਜੇ ਵੇ ਬਾਈ ਮੈਂ ਟੂਲ ਟੈਕਸ 'ਤੇ ਖੜ੍ਹਾ। ਮੈਂ ਸੋਚਿਆ ਵੀ ਰਾਤ ਨੂੰ 12 ਵਜੇ ਵੀ ਨੇ ਟੂਲ ਟੈਕਸ 'ਤੇ ਐਡੀ ਬੜੀ ਲਾਈਨ, ਲਾਈਨ ਤੁਰੇ ਵੀ ਨਾ। ਮੈਂ ਚਲੋ ਗੱਡੀ ਤੋਂ ਹੇਠਾਂ ਉਤਰ ਕੇ ਗਿਆ, ਮੈਂ ਜਾ ਕੇ ਪੁੱਛਿਆ ਵੀ ਕੀ ਚੱਕਰ ਪੈ ਗਿਆ। ਕਹਿੰਦੇ ਭਾਈ ਨੋਟ ਬੰਦ ਹੋ ਗਏ 500 ਦੇ, ਵੀ ਟੂਲ ਟੈਕਸ ਵਾਲੇ ਫੜ ਨਹੀਂ ਰਹੇ ਬਾਈ ਹੁਣ ਜਾਂ ਨੋਟ ਬੰਦ ਹੋ ਗਏ। ਜਦੇ ਉੱਥੇ 15 ਕੁ ਮਿੰਟ ਲਾਈਨ ਰਹੀ ਹੈ, ਉਹ ਤੋਂ ਬਾਅਦ ਟੋਲ ਜਦੇ ਫ੍ਰੀ ਕਰਤੇ ਉਹਨਾਂ ਨੇ, ਕਹਿੰਦੇ ਬਾਈ ਕੋਈ ਟੋਲ ਨਹੀਂ ਲੈਣਾ, ਇੱਕ ਨੇ ਲੰਘਾਈ ਜਾਓ, ਕੋਈ ਪੈਸਾ ਨਹੀਂ ਫੜਨਾ, ਪੈਸਾ ਕਿਸੇ ਨੇ ਨਹੀਂ ਫੇਰਤਾ ਜੀ। ਜਿੰਨੇ ਵੀ ਟੋਲ ਆਏ ਰਸਤੇ 'ਚ ਸਾਰੇ ਇੱਕ ਨੇ ਲੰਘ ਕੇ ਆਏ ਅਸੀਂ ਫ੍ਰੀ 'ਚ। ਹੁਣ ਅਸੀਂ ਨੇ ਪੀ ਲਿਆ ਜੂਸ, ਜੂਸ ਬੜਾ ਮਿੱਠਾ ਸੀ। ਠੀਕ ਹੋ? ਆਹ ਟਰੈਕਟਰ ਕਿੰਨੇ ਦਾ? 800 ਦਾ? ਇੰਨਾ ਮਹਿੰਗਾ? ਆਹ ਡਾਂਗ ਕਿੰਨੇ ਦੀ ਆ? ਡਾਂਗ ਭਾਜੀ ਵਾਹ, ਡਾਂਗ ਬੜੀ ਘੈਂਟ ਆ ਯਾਰ। ਹੈ ਆ ਢੋਲ ਕੀ ਕਰ ਰਹੇ ਹੋ? ਹਾਂ ਮੱਛਰ ਵਾਲੀ ਜ਼ਰੂਰ ਛਿੜਕ ਦਿਓ। ਉਹ ਤਾਰ ਜੀ ਸਾਡੇ ਉਹ ਕੱਖ ਵੱਢ ਰਿਹਾ, ਵੱਢ ਲਾ ਲੱਗਣ ਤੋਂ ਹਟ ਗਏ ਕੀ ਹੈ ਜੇ, ਹੁਣ ਤਾਂ ਠੰਡ 'ਚ ਲੱਗੇ ਪਏ ਨੇ ਹੈ ਨਾ। ਆਹ ਦੇਖੋ ਲੱਗੇ ਹੋਏ ਨੇ ਯਾਰ, ਦੇਖੋ ਬੜੇ ਲੱਗੇ ਹੋਏ ਨੇ। ਹਾਂ ਲੈ ਤੂੰ ਤਾਂ ਜਮਾਂ ਹੀ ਨਹੀਂ ਦਿਖਦੀ, ਰੂਪਨ ਤਾਂ ਜਮਾਂ ਹੀ ਨਹੀਂ ਦਿਖਦੀ। ਲੈ 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 ਤੂੰ ਤਾਂ ਜਮਾਂ ਹੀ ਨਹੀਂ ਦਿਖਦੀ। ਐ ਨਹੀਂ ਕਰਦੇ ਹੁੰਦੇ, ਸਿਆਣਾ ਬਣ ਕੇ ਖੜ ਭਵਜੋਤ ਨੂੰ ਕਹਿ ਦੇ, ਭਵਜੋਤ ਜਦੇ ਟਿੱਕੇ ਖੜ ਜਾਂਦਾ ਦੇਖ ਲੈ। ਹੋਰ ਆਹ ਦੇਖ ਘੀਏ ਲੱਗੇ ਪਏ ਰਾਵਣ, ਦੇਖ ਆਹ ਦੇਖੋ ਰੂਪਨ ਤੋੜਤਾ ਘਈਏ, ਫਿਰ ਉਹ ਦੇਖ ਬੱਲੇ ਬੱਲੇ ਉਹ ਦੇਖੋ ਕਿੱਦਾਂ ਲੱਗਿਆ ਵਾ, ਉਸ ਨੂੰ ਦਿਖਾਉਂਦੇ ਹਾਂ ਬੜਾ ਘੈਂਟ ਲੱਗਿਆ ਵਾ। ਬੱਲੇ ਆਹ ਦੇਖੋ ਘਈਏ ਤਾਂ ਆਹ ਲੱਗੇ ਵੀ ਨੇ। ਉਹ ਇੱਕ ਚੀਜ਼ ਆ, ਬੇਲ ਬਹੁਤ ਵਧੀਆ ਐਤਕੀ ਨਿਕਲੀ, ਇੰਨਾ ਇਹਨੂੰ ਫਲ ਲੱਗਦਾ
ਬਹੁਤ ਫਲ ਲੱਗਦਾ। ਆਹ ਦੇਖੋ ਤੁਸੀਂ ਕਿੱਡਾ ਬੱਲੇ 10 ਕਿਲੋ ਮੈਂ ਕਹਿੰਦਾ 10 ਕਿਲੋ ਦੀ ਨਹੀਂ ਇਹ ਤਾਂ ਬੱਤ ਹੋਣੀ। ਹਾਂ ਬੱਲੇ 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 ਆਹ ਪੂਰਾ ਘੈਂਟ ਆ। ਹਾਂ ਨਹੀਂ ਇਹਨੇ ਗਲ ਜਾਣਾ। ਉਹ ਜਿਹੜੇ ਇਹਦੇ ਨਾਲ ਵਾਲਾ ਤੋੜ ਲਓ ਜੀ, ਛੋਟੇ ਛੋਟੇ ਜਿਹੇ ਨੇ ਜਿਹੜੇ ਰੂਬਨ ਆ ਦੇਖੇ ਇੱਕ। ਇਹ ਰੂਬਨ ਆ ਤੇਰੇ ਵਰਗਾ ਕਈ ਆ ਦਿਖਾਵਾ। ਇਹ ਰੂਬਨ ਇੱਧਰ ਨੂੰ ਆ ਜਮਾ ਹੀ ਤੇਰੇ ਵਰਗਾ ਰੂਬਨ ਵਰਗਾ ਕਈ ਆ। ਇਹਦੇ ਸਪਰੇਅ ਕਰੀ ਪਿਆ ਮਾੜੀ ਧਿਆਨ ਨਾਲ। ਇਹ ਰੂਬਨ ਐਵੇਂ ਨਾ ਗਿੱਲਾ ਤਾਂ ਨਹੀਂ? ਨਾ ਨਾ ਗਿੱਲਾ ਨਹੀਂ ਹੈਗਾ। ਆ ਜਾ ਇਹ ਕੁੜੀ ਮੈਨੂੰ ਨਾ ਘੇਰਦੀ। ਇਹ ਲੈ ਦੇਖ 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 ਆ ਦੇਖੀ ਤੇਰੇ ਵਰਗਾ ਘਈਆ ਦੇਖ ਰੂਬਨ ਜਮਾ ਹੀ। ਦੇਖੋ ਕੋਈ ਫਰਕ ਹੈਗਾ ਰੂਬਨ ਤੇ ਆ ਘਈਏ 'ਚ? ਆ ਘਈਏ 'ਚ ਕੋਈ ਫਰਕ ਨਹੀਂ ਹੈਗਾ। ਰੂਬਨ ਜਮਾ ਹੀ ਤੇਰੇ ਵਰਗਾ ਘਈਆ। ਹਾਂ ਨਹੀਂ ਲੁਕ ਹੁਣ ਲੁਕ ਲੁਕ ਹੁਣ ਤਾਰ ਨਾਲ ਕੱਖ ਵਟਾ ਦੇ ਐ ਕਰ। ਹਾਂ ਬਾਲ ਦੇ ਲੈ ਕਿੱਡੇ ਕਿੱਡੇ ਹੋ ਗਏ। ਹੁਣ ਪਤਲੀ ਹੋ ਜਾਵੇ ਬਸ। ਇੱਧਰ ਨੂੰ ਆ ਜਾ ਇੱਧਰ ਲੈ ਉਹ ਭੱਜ ਗਈ। ਮੰਮੀ ਦੀ ਬਣਾਤੀ ਮੈਂ। ਆ ਤੋੜ ਲੈ ਰਮਨ ਕਹੀਏ ਤੂੰ ਤੋੜ ਲੈ ਆ ਤੋੜ ਲੈ ਉਹ ਨਾ ਵਧੀਆ ਭਾਪੇ ਨੇ ਦੱਸਿਆ ਵਾ ਉਹਨੂੰ ਖਾਣ ਨੂੰ। ਇੱਕ ਦੋ ਕੁ ਲੈ ਜਾ ਹੋਰ ਉਹਦੇ ਚੰਗੇ ਨੇ। ਆ ਤੋੜ ਲਾ ਦੇਖ ਲੱਗੇ ਵੇ ਆ ਇੱਕ ਦੋ ਕੁ ਤੋੜ ਲੈ। ਰੂਬਨ ਨੂੰ ਕਿਹਾ ਮੈਂ ਨਾਲੇ ਵੀ ਤੇਰੇ ਵਰਗਾ ਜਿਹੜਾ ਘਈਆ ਉਹਨੂੰ ਤੋੜ ਲੈ। ਰੂ ਛੋਟੇ ਛੋਟੇ ਨੇ ਜਮਾ ਹੀ ਛੋਟੇ ਛੋਟੇ ਵੀ ਨੇ। ਆ ਜਾ ਆ ਜਾ ਬੁੱਗੇ ਰੂਬਨ ਆ ਜਾ ਆ ਜਾ ਆ ਦੇ ਇਹ ਭਾਈ ਭਾਣ ਜੀ ਮਾਸੀ ਹੈਗਾ ਕੋਈ ਫਰਕ ਤਿੰਨਾਂ ਚ? ਕੋਈ ਫਰਕ ਲੱਗਦਾ ਤੈਨੂੰ ਤਿੰਨਾਂ ਚ? ਮੇਰੀ ਮੋਟੋ ਸੀ ਦੋਨੇ ਇੱਕੋ ਸਾਰ ਦੀਆਂ ਐ ਦੇਖੋ ਮੋਟੋ ਮੋਟੋ ਦੇਖੋ ਅਸੀਂ ਦੋਨੇ ਇੱਧਰ ਮੂੰਹ ਕਰੀ ਮਾਸੀ ਭਾਣ ਜੀ ਮੋਟੀਆਂ ਮੋਟੀਆਂ ਚਲੋ ਜੀ ਹੁਣ ਕੋਈ ਉਹ ਤਾਂ ਨਹੀਂ ਹੈ ਤੂੰ ਤਾਂ ਤੋੜਨਾ ਇੱਧਰ ਲੱਗਿਆ ਵਾ। ਹਾਂ ਇੱਧਰ ਦੇਖ ਲੈ ਸ਼ਾਇਦ ਲੱਗਿਆ ਪਾਉ ਤਾਂ ਨਹੀਂ ਹੈ ਉੱਥੇ ਲੱਗਿਆ ਹੋਣਾ ਦੇਖ ਲੈਂਦੇ ਆਪਾਂ। ਬਾਬਾ ਬੂਟ ਗਿੱਲੇ ਹੋ ਗਏ ਉਰੇ। ਆਹ ਪਿਆਜ ਕਿੱਲਾ ਸੁਣਿਆ ਪਿਆਜ ਲਾਏ ਪਏ ਨੇ ਵਾ ਪਿੰਨਾ ਲਾਸਣ। ਪਰ ਇੱਕ ਗੱਲ ਆ ਛਲਗਮ ਤਾਂ ਆਪਣੇ ਮੈਨੂੰ ਲੱਗਦਾ ਹੋਣਗੇ। ਰਮਨ ਗੋਭੀ ਲੈ ਆ ਗੋਭੀ ਗੋਭੀ ਖੜੀ ਆ ਰਮਨ ਉਹ ਦੇ ਗੋਭੀ ਹੋਰ ਬਹੁਤ ਖੜੀ ਆ। ਇਹ ਹਾਂ ਆਹ ਗੋਭੀ ਬਹੁਤ ਸਵਾਦ ਬਣਦੀ ਹੈ। ਆਹ ਗੋਭੀ ਲੈ ਜਾ ਅੱਜੇ ਬਣਾਵਾਂਗੇ। ਜਾ ਰੂਬਨ ਗੋਭੀ ਦਾ ਫੁੱਲ ਤੋੜ ਕੇ ਲਿਆ ਇੱਕ ਆਹ ਘਈਆ ਰਹਿਣ ਦੇ ਚਾਹੇ ਗੋਭੀ ਲੈ ਜਾ ਤੋੜੀ ਦੇਖਾਂ ਕੋਈ ਗੋਭੀ ਦਾ ਵਧੀਆ ਫੁੱਲ ਖੜਾ ਹੋਵੇ। ਕੋਈ ਨਹੀਂ ਕੁਛ ਨਹੀਂ ਹੁੰਦਾ ਬੂਟਾ ਨੂੰ। ਆਹ ਹੈਗੀ ਆ ਰਮਨ ਆਹ ਹੈਗੇ ਨੇ ਗੋਭੀ ਦਾ ਆਹ ਹੈਗਾ ਕਿਤਾ ਤੋੜ ਲਾ ਇਹ ਆਹ ਦੇਖ ਆਹ ਤੋੜ ਲਾ। ਆ ਲੈ ਫੜ ਇੱਕ ਆਹ ਫੜ ਲੈ
ਇੱਕ ਅੱਧਾ ਹੋਰ ਹੋਣਾ ਇੱਕ, ਕੋਈ ਨਾ ਹੋਰ ਦੇ ਦਿੰਦਾ, ਆਹ ਹੈਗਾ ਆਹ ਹੈਗੀ ਹੈ, ਆਹ ਲਾ ਫੜ, ਹੋਰ ਹੈਗੀ ਹੈ ਗੋਭੀ ਲੈ ਫੜ, ਆਹ ਲੈ ਧਣੀਆ ਨਹੀਂ ਹੈਗਾ ਉਰੇ ਤਿੰਨ ਚਾਰ ਅੰਦਰ ਪਏ ਨੇ ਪਾਪਾ ਕਹਿੰਦਾ, ਬਸ ਦੇਖ ਲੈ ਚੀਕਾਂ ਮਾਰ ਲੱਗ ਜਾ, ਇਸਨੂੰ ਪਤਾ ਨੀ ਕਿਆ ਹੋਈ ਜਾ, ਹੈ ਜਦੇ ਲੁਕੀ ਜਾ, ਆਹ ਤੂੰ ਚੱਕ ਤੇਰੇ ਵਰਗਾ ਘਈਆ ਨਾ, ਹੁਣ ਤਾਂ ਪਤਲੀ ਹੋਈ ਵੀ ਆ ਪਹਿਲਾਂ ਨਾਲ, ਲੈ ਚਲੋ ਫਿਰ ਚੱਲੀਏ, ਚੱਲ ਲੈ ਵੀ ਹੁਣ ਹੁਣ ਅਸੀਂ ਭਾਈ ਸਬਜ਼ੀ ਤੋੜ ਲਈ ਪਾਪਾ ਜੀ ਨੇ ਵੀ, ਲੈ ਘਈਏ ਦਾ ਢੇਰ ਲਾ ਤੋ ਪਾਪਾ ਜੀ, ਪਾਪਾ ਜੀ ਬਹੁਤ ਕੰਮ ਕਰਦੇ ਨੇ ਸਾਡੇ, ਪਹਿਲਾਂ ਸਪਰੇ ਕਰਕੇ ਹਟੇ ਨੇ, ਸਾਰੇ ਸਬਜ਼ੀ ਚੱਕੀ ਜਾਂਦੇ ਨੇ ਇੱਕ ਇੱਕ, ਔਰ ਅਮਨਦੀਪ ਵੀ ਸਬਜ਼ੀ ਚੱਕੀ ਜਾਂਦੀ ਆ, ਅਮਨ ਵੀ ਆ ਚੱਕ, ਰੂਬਨ ਤੂੰ ਤੇਰੇ ਹੱਥ ਵਿਹਲੇ ਨੇ ਰੂਬਨ ਨੂੰ ਰਿਹਾ, ਆਹ ਚੱਕੀ ਬੁੱਕੇ ਕਹੀਏ ਆਹ ਚੱਕ, ਤੂੰ ਕਿਹਾ ਉਹ ਡੰਗਰ ਉਹ ਸਾਰਾ ਪਾਣੀ ਚ ਜਾ ਭੱਜ ਕੇ ਜਾ, ਹੁਣੇ ਤੋਂ ਲੈ ਫਟਾਫਟ ਜਾ ਕਰਦੇ ਜਰਾਬਾਂ ਜੀਆਂ, ਪੈਰ ਲਬੇੜ ਲਿਆ ਉਹ ਤੇਰੀ ਚਿੱਕੜ ਚ ਪੈਰ, ਕੱਪੜੇ ਖਰਾਬ ਉੱਤੇ ਦਿਖਾਈ ਇੱਧਰ ਨੂੰ ਦਿਖਾ, ਉਹ ਤੇਰੀ ਇਹ ਸਾਡਾ ਬੱਚਾ, ਇਸਨੂੰ ਪਤਾ ਨਹੀਂ ਲੱਗ ਜਾ ਕਿੱਧਰ ਨੂੰ ਵੜ ਜਾ, ਇਸਨੂੰ ਨਹੀਂ ਪਤਾ ਲੱਗਾ ਜਮਾ ਹੀ ਹੈ, ਨਿੰਬੂ ਦਾ ਹੀ ਬਹੁਤ ਲੱਗੇ ਹੋਏ ਨੇ ਸਿੱਧਮਾ, ਰਹਿਣ ਦੋ ਨਿੰਬੂ ਦਾ, ਇਸਨੂੰ ਜਮਾ ਹੀ ਨਾ ਪਤਾ ਲੱਗਾ ਵੀ ਇਹ ਕਿੱਧਰ ਨੂੰ ਜਾਣਾ, ਜੋ ਕੌਣ ਚੱਕੇਗਾ ਹੁਣ, ਚਲਾ ਮੈਂ ਲੈ ਕੇ ਆਉਂਦਾ, ਆਹ ਦੇਖੋ ਜਿਹੜੇ ਪੱਕੇ ਪਏ ਨੇ ਜੀ ਉਹ ਡੰਗਰਾਂ ਨੂੰ ਪਾ ਦੋ, ਇਹਨੂੰ ਫਲ ਬਹੁਤ ਲੱਗਿਆ ਬਾਈ, ਕਮਾਲ ਹੋ ਗਈ, ਇਹ ਪਤਾ ਕੀ ਆ ਜੀ ਇਹ ਜਿਹੜਾ ਦਰਖਤ ਤੇ ਚੜਦਾ ਨਾ ਘਈਆ ਉਹ ਉਹਨੂੰ ਫਲ ਵਧੀਆ ਲੱਗਦਾ ਜੀ, ਹੋਰ ਹੀ ਫਲ ਬਹੁਤ ਲੱਗਦਾ, ਉੱਧਰ ਤਾਰ ਵੀ ਲੱਭਣ ਲੱਗ ਗਿਆ, ਘਈਏ ਤਾਂ ਬਹੁਤ ਤੋੜ ਲਏ ਤਾਰ, ਘਈਏ ਤਾਂ ਵਾਧੂ ਤੋੜ ਲਏ, ਨਾ ਨਾ ਬਹੁਤ ਰਹਿਣ ਦੇ ਜੀ, ਇੰਨੇ ਕੀ ਕਰਨੇ ਨੇ, ਹੋਰ ਡੰਗਰਾਂ ਨੂੰ ਪਾ ਦਿਓ, ਲੈ ਭਾਈ ਰੌਣਕ ਆ ਵਧੀਆ ਚੱਲਦਾ ਜੀ, ਆਹ ਚੁੱਲ੍ਹੇ ਵਾਲਾ ਗੀਜ਼ਰ, ਅੱਛਾ ਜੀ ਅੱਛਾ ਜੀ, ਚੱਲ ਵਧੀਆ ਵਧੀਆ ਨਾ ਠੀਕ ਆ, ਲੈ ਹੈ ਇਹ ਮੈਂ ਤਾਂ ਕਹਿੰਦਾ ਤਾਂ ਨਵਾਂ ਹੀ ਲੈ ਲੈਂਦੇ ਕਿ ਠੀਕ ਚੱਲਦਾ ਜੀ, ਹਾਂ ਮਾਂ ਵਿੱਚੋਂ ਗਲਿਆ ਗੁਲਿਆ ਪਤਾ ਨਹੀਂ ਤਾਂ, ਅੱਛਾ ਜੀ ਅੱਛਾ ਜੀ, ਉਹ ਹੈ ਵਧੀਆ ਆਪਣਾ, ਇੱਕ ਵਾਰ ਅੱਗ ਬਾਲ ਦੋ ਮੁੜ ਕੇ ਦੇਖਣ ਦੀ ਲੋੜ, ਸੋਰੀ ਇਹਦੇ ਨਾਲ ਹੀ ਨਹਾ ਲੈਂਦੇ ਨੇ,
ਵਾਹ ਜੀ ਵਾਹ। ਘੱਟੋ ਘੱਟ ਹੋਣੇ ਬੰਦੇ ਨਹਾਉਣ ਵਾਲੇ 15-20 ਜਾਣੇ ਇਹਦੇ ਨਾਲ ਨਹਾ ਲੈਂਦੇ ਨੇ। ਦੇਖ ਲਓ ਯਾਰ ਚੁੱਲ੍ਹੇ ਵਾਲਾ ਗੀਜ਼ਰ ਨਹੀਂ, ਅਗਲਾ ਬਿਜਲੀ ਵਾਲਾ ਗੀਜ਼ਰ ਫੂਕੇ। ਬਸ ਇੰਨੀ ਗੱਲ ਹੈ ਵੀ ਬਾਲਣ ਉਰੇ ਵਾਧੂ ਹੈ ਕਿਉਂ ਡੰਗਰਾਂ ਕਰਕੇ। ਹਾਂ ਜੀ ਹਾਂ, ਨਾ ਤਾਂ ਵਧੀਆ ਜੀ, ਨਾ ਪਾਣੀ ਦਾ ਜੀ ਫੁੱਲ ਪੂਰਾ ਰਿੱਜ ਦਾ ਪਾਣੀ ਹੈ ਜੀ। ਚਲ ਨਾ ਵਧੀਆ ਜੀ, ਨਾਲੇ ਸਾਰਾ ਦਿਨ ਪਾਣੀ ਰਹਿੰਦਾ ਹੋਣਾ ਗਰਮ। ਚੱਲੀ ਜਾਂਦਾ ਜੀ। ਉਹ ਤੂੰ ਦੋ ਦੋ ਟਰੈਕਟਰ ਚਲਾ ਰਿਹਾ, ਰੇਸ ਲਾ ਰਿਹਾ, ਰੇਸ ਲਾਉਣਾ ਉਹ ਬਾਹੋ ਤੇਰੇ, ਉਹ ਤੇਰੀ ਬੱਲੇ 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 ਬਾਹੋ ਤੇਰੇ। ਵਾਹ ਜੀ ਵਾਹ, ਵਾਹ ਜੀ ਵਾਹ, ਰੌਣਕ ਲਾ ਰੱਖਦੇ ਨੇ ਬਾਈ ਬੱਚੇ ਉਰੇ ਸਾਰਾ ਦਿਨ, ਉਰੇ ਬਾਈ ਰੌਣਕ ਲਾ ਕੇ ਰੱਖਦੇ ਨੇ। ਉਹ ਦੇਖੋ ਹੁਣ ਬੂਟ ਧੋਣ ਲੱਗੀ ਆ ਮੈਡਮ। ਤੱਤਾ ਪਾਣੀ ਲੈ ਲਾ ਉੱਥੋਂ, ਵਾਧੂ ਪਿਆ। ਤੱਤਾ ਪਾਣੀ ਲੈ ਲਾ, ਰੁਕਣਾ ਗਰਮ ਪਾਣੀ ਲੈ ਲਾ, ਉੱਥੇ ਪਿਆ ਜਾ ਲੈ ਲਾ ਬਾਥਰੂਮ 'ਚ ਗਰਮ ਪਾਣੀ। ਸਬਜ਼ੀ ਹੋ ਗਈ ਵਾਧੂ, ਹੁਣ ਲੈ ਭਾਈ ਆਹ ਰਹਿ ਗਿਆ ਇੱਕ ਘਈਆ ਭਾਪੇ ਨੇ ਢੇਰ। ਕਿੰਨਾ ਫਲ ਲੱਗਦਾ ਇਹਨਾਂ ਨੂੰ, ਹਾਂ ਜੀ ਬਹੁਤ ਫਲ ਲੱਗਦਾ। ਹਾਂ ਇਹ ਵਧੀਆ ਜੀ ਫਲ, ਇਹ ਜਿਹੜਾ ਬੇਲ ਆ, ਹਾਂ ਇਹ ਘਈਆ ਬਹੁਤ ਵਧੀਆ, ਨਾਲ ਇਹ ਲੱਗਦਾ ਬਹੁਤ ਹੈ। ਸੁਖਵਿੰਦਰ ਦੇਖ ਕੇ ਖੁਸ਼ ਹੋ ਜਾਂਦਾ ਹੈ ਸਬਜ਼ੀ ਗੋਭੀ ਗਾਭੀ ਨੂੰ। ਬਾ ਵਿਚਾਰਾ ਬਿਜੀ ਤਾਂ ਥੋੜ੍ਹਾ ਜਿਹਾ ਜੀ, ਹੁਣ ਉਹਦੀ ਸਾਸੂ ਮਾਂ ਬਾਹਰ ਤੋਂ ਆਈ ਆ ਹੁਣ। ਦੇਖ ਲਓ ਜਿਹੜਾ ਕੇਸਗੜ੍ਹ ਗੁਰਦੁਆਰਾ ਜੀ ਅਨੰਦਪੁਰ ਸਾਹਿਬ, ਜਮਾਂ ਹੀ ਕੰਧ ਨਾਲ ਕੰਧ ਹੈ ਇਹਦੀ, ਇਹਨਾਂ ਦੀ ਹਵੇਲੀ ਹੈ ਜਿਹੜੀ ਇਹਦੇ ਸਹੁਰਿਆਂ ਦੀ। ਇੱਕ ਪਾਸੇ ਗੁਰਦੁਆਰਾ ਸਾਹਿਬ ਹੈ ਕੇਸਗੜ੍ਹ ਸਾਹਿਬ, ਇੱਧਰ ਬਿਲਕੁਲ ਕੰਧ ਨਾਲ ਕੰਧ ਇਹਦੇ ਸਹੁਰਿਆਂ ਦਾ। ਹਾਂ ਜੀ ਬਹੁਤ ਲੱਗੇ ਮੈਨੇ ਉੱਥੇ ਜੀ, ਇਹ ਜੇ ਕੰਮ ਨੂੰ ਤਾਂ ਬਹੁਤ ਸ਼ੇਰ ਆ ਉਹ। ਚਲੋ ਠੀਕ ਹੈ ਜੀ, ਬਾਕੀ ਦਾ ਬਲੌਗ ਕਰਾਂਗੇ ਜਾ ਕੇ ਹੁਣ ਪੂਰਾ ਪਿੰਡ ਜਾ ਕੇ। ਤੁਸੀਂ ਜੁੜੇ ਰਹੋ ਗੁਰਸਿੱਧੂ ਟੀਵੀ ਦੇ ਚੈਨਲ ਦੇ ਨਾਲ। ਹਾਂਜੀ ਪਤਾ ਨਹੀਂ ਕਿਆ ਪੁੱਠੇ ਪੁੱਠੇ ਕੰਮ ਕਰੀ ਜਾ, ਕਦੇ 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 ਚਵੱਚੇ, ਕਦੇ ਚਲੇ ਮਗਰ ਜਾ, ਕਦੇ ਨਾਲੀ ਮਗਰ ਜਾ। ਹਾਂਜੀ ਗਾਇਜ਼ ਆਪਾਂ ਆ ਗਏ ਹਾਂ ਆਪਣੇ ਘਰ, ਅਤੇ ਹੁਣ ਭਾਬ ਜੀ ਉੱਤਰ ਜਾਓ ਫਿਰ। ਨਹੀਂ ਇਹਨੂੰ ਚਲਾ ਤਾ ਸਹੀ। ਹਾਂਜੀ ਮੇਰਾ ਅੱਜ ਦਾ ਬਲੌਗ ਕਿੱਦਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਲਾਈਕ ਕਰਿਓ। ਓਕੇ ਜੀ, ਸਤਿ ਸ਼੍ਰੀ ਅਕਾਲ, ਬਾਏ ਬਾਏ, ਥੈਂਕ ਯੂ ਜੀ।